ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਬਹੁਤ ਸਾਰੇ ਤੁਹਾਡੇ ਮੈਸੇਜਸ ਮਿਲੇ ਕੱਲ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਕੱਲ ਹਰਿਆਣਾ ਸਰਕਾਰ ਵੱਲੋਂ ਮੈਨੂੰ ਹਰਿਆਣਾ ਦੀ ਲੋਕ ਗਾਇਕ ਦਾ ਅਵਾਰਡ ਮਿਲਿਆ ਅਤੇ ਇਸ ਖੁਸ਼ੀ ਨੂੰ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕੀਤਾ ਔਰ ਤੁਹਾਡੇ ਬੇਸ਼ੁਮਾਰ ਮੈਸੇਜਸ ਆਏ ਔਰ ਮੇਰੇ ਅੱਜ ਲਾਈਵ ਆਉਣ ਦਾ ਸਿਰਫ ਇੱਕੋ ਇੱਕ ਕਾਰਨ ਸੀਗਾ ਕਿ ਮੈਂ ਸਾਰਿਆਂ ਨੂੰ ਪਰਸਨਲੀ ਮੈਸੇਜ ਨਹੀਂ ਕਰ ਸਕਦੀ ਸੀਗੀ ਜਿੰਨੇ ਕੁ ਕਰ ਸਕਦੇ ਹਾਂ ਜ਼ਰੂਰ ਕਰਦੇ ਹਾਂ ਪਰ ਲਾਈਵ ਆ ਕੇ ਤੁਹਾਡੇ ਸਾਰਿਆਂ ਦਾ ਥੈਂਕਸ ਕਰਨਾ ਚਾਹੁੰਦੀ ਸੀ ਕਿ ਤੁਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਣੇ ਕੀਮਤੀ 5 ਮਿੰਟ ਕੱਢ ਕੇ ਉਸ ਮੇਰੀ ਉਹ ਜਿਹੜੀ ਮੇਰੀ ਉਪਲਬਧੀ ਨਹੀਂ ਉਹ ਸਾਰੀ ਉਹ ਤੁਹਾਡੀ ਉਪਲਬਧੀ ਹੈ ਉਹ ਮੇਰੇ ਪਰਿਵਾਰ ਦੀ ਉਪਲਬਧੀ ਹੈ ਕਿਉਂਕਿ ਬਿਨਾਂ ਤੁਹਾਡੇ ਔਰ ਫੈਮਿਲੀ ਦੇ ਕੁਛ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਤੁਹਾਡੇ ਲਈ ਗਾਣੇ ਬਣਾਉਂਦੇ ਆ ਤੁਹਾਡੇ ਲਈ ਅਗਰ ਅੱਜ ਗਾ ਰਹੀ ਹਾਂ ਮੈਂ ਤਾਂ ਉਹ ਸਿਰਫ ਤੁਹਾਡੇ ਕਰਕੇ ਆ ਅਤੇ ਇਸ ਕਰਕੇ ਇਹ ਉਪਲਬਧੀ ਤੁਹਾਡੀ ਸਾਰਿਆਂ ਦੀ ਆ ਇਹ ਅਵਾਰਡ ਤੁਹਾਡੇ ਸਾਰਿਆਂ ਦਾ ਔਰ ਆਈ ਥਿੰਕ ਰੀਅਲ ਅਵਾਰਡ ਇਹਨੂੰ ਹੀ ਕਹਿੰਦੇ ਆ ਜਿਹੜਾ ਜਿਹਦੇ ਵਿੱਚ ਜਿਹੜਾ ਤੁਹਾਨੂੰ ਅਪਰੋਚ ਨਹੀਂ ਕਰਨਾ ਪੈਂਦਾ ਕਿਸੇ ਨੂੰ ਖੁਦ ਅਵਾਰਡ ਤੁਹਾਡੇ ਤੱਕ ਤੁਰ ਕੇ ਆਉਂਦਾ ਤੁਹਾਡੇ ਘਰ ਤੁਹਾਨੂੰ ਇੱਜ਼ਤ ਨਾਲ ਦੇਣ ਆਉਂਦੇ ਆ ਅਤੇ ਮੇਰੇ ਖਿਆਲ ਇਹ ਸਭ ਤੋਂ ਵੱਡੀ ਇੱਕ ਅਵਾਰਡ ਹੈਗਾ ਚਾਹੇ ਕੋਈ ਮਿਊਜ਼ਿਕ ਅਵਾਰਡ ਹੋਏ ਚਾਹੇ ਕੋਈ ਫਿਲਮ ਅਵਾਰਡ ਹੋਏ ਇਹ ਸਭ ਤੋਂ ਵੱਡਾ ਅਵਾਰਡ ਹੈਗਾ ਔਰ ਉਸ ਤੋਂ ਬਾਅਦ ਜਿਹੜੇ ਇੱਦਾਂ ਅਵਾਰਡਸ ਬਹੁਤ ਆਉਂਦੇ ਨੇ ਚਲੇ ਜਾਂਦੇ ਆ ਤੁਸੀਂ ਵੀ ਭੁੱਲ ਜਾਂਦੇ ਹੋ ਪਰ ਅੱਜ ਮੈਨੂੰ ਬੜੀ ਖੁਸ਼ੀ ਹੋਈ ਇਹ ਜਦੋਂ ਮੈਂ ਸਵੇਰੇ ਉੱਠ ਕੇ ਮੈਸੇਜਿਸ ਇਨਬੋਕਸ ਤੁਹਾਡੇ ਚੈੱਕ ਕੀਤੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਮੇਰੀ ਇਸ ਖੁਸ਼ੀ ਦੇ ਵਿੱਚ ਸ਼ਾਮਿਲ ਹੋਏ ਹੋ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਬਸ ਇਸੇ ਤਰ੍ਹਾਂ ਹੀ ਆਪਣਾ ਸਾਥ ਮੇਰੇ ਨਾਲ ਆਪਣੀ ਸਪੋਰਟ ਬਣਾਏ ਰੱਖਿਓ ਇਹੀ ਤੁਹਾਡੇ ਸਾਰਿਆਂ ਤੋਂ ਮੈਂ ਉਮੀਦ ਕਰਦੀ ਹਾਂ ਔਰ ਬਹੁਤ ਜਲਦੀ ਨਵਾਂ ਗਾਣਾ ਜਿਹਦੇ ਬਾਰੇ ਬਹੁਤ ਟਾਈਮ ਤੋਂ ਅਪਡੇਟ ਕਰ ਰਹੇ ਸੀਗੇ ਸਰਦਾਰ ਅਤੇ ਮਰਦੀ ਲੈ ਕੇ ਆ ਰਹੇ ਹਾਂ ਬਸ ਉਹਦੀ ਆਲਮੋਸਟ ਸਭ ਕੁਛ ਰੈਡੀ ਪਿਆ ਬਸ ਉਹਦਾ ਫਸਟ ਲੁੱਕ ਤੁਹਾਡੇ ਨਾਲ ਵਿਦ ਇਨ 1 or 2 days ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਸਟ ਲੁੱਕ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੂਗਾ ਕੁਛ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜੋ ਹੋਰ ਲੋਕ ਕਰ ਰਹੇ ਉਹਨਾਂ ਤੋਂ ਕੁਛ ਹਟ ਕੇ ਕਰੀਏ ਅਤੇ ਬੜੀ ਖੁਸ਼ੀ ਹੁੰਦੀ ਆ ਕਿ ਹਮੇਸ਼ਾ ਮੈਂ ਜੋ ਵੀ ਕੰਮ ਕਰਦੀ ਹਾਂ ਜੋ ਵੀ ਗਾਣਾ ਬਣਾਉਂਦੀ ਹਾਂ ਜੋ ਵੀ ਵੀਡੀਓ ਬਣਾਉਂਦੀ ਹਾਂ ਜੋ ਕੋਨਸੈਪਟਸ ਲੈ ਕੇ ਆਉਂਦੀ ਹਾਂ ਉਸ ਕੋਨਸੈਪਟ ਨੂੰ ਉਸ ਗਾਣਿਆਂ ਨੂੰ ਤੁਸੀਂ ਹਮੇਸ਼ਾ ਪਿਆਰ ਦਿੰਦੇ ਹੋ ਔਰ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਔਰ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਅਲੱਗ ਹਮੇਸ਼ਾ ਇੱਕ ਨਵਾਂ ਕੋਨਸੈਪਟ ਔਰ ਨਵੀਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ ਤੁਹਾਡੇ ਲਈ ਬਣਾਉਂਦੇ ਰਹੀਏ ਅਤੇ ਬਹੁਤ ਸਾਰੇ ਜਣੇ ਔਨਲਾਈਨ ਹੈਗੇ ਆ ਜੀ ਇਸ ਵੇਲੇ ਲਾਈਵ ਜੋ ਦੇਖ ਰਹੇ ਆ ਸਾਡੇ ਨਾਲ ਗੱਲਬਾਤ ਕਰ ਰਹੇ ਆ ਸੰਦੀਪ ਤਸਰ ਖਰੋੜ ਆਵਾਜ਼ ਪੰਜਾਬ ਦੀ ਤੋਂ ਫੋਲੋ ਕਰ ਰਹੇ ਹਾਂ ਜੀ ਨਾਈਸ ਕੀਪ ਇਟ ਅਪ ਥੈਂਕ ਯੂ ਜੀ ਬਿੱਟੂ ਸ਼ਰਮਾ ਦੀਪਕ ਅਰੋੜਾ ਜੀ ਤੁਹਾਡੀ ਬੋਏ ਸੈਂਡਾ ਜੀ ਥੈਂਕ ਯੂ ਗੁਰਵਿੰਦਰ ਸਿੰਘ ਰੱਬ ਕਰੇ ਜੀ ਸਦਾ ਹੱਸਦੇ ਰਹੋ ਥੈਂਕ ਯੂ ਜੀ ਤੁਹਾਨੂੰ ਵੀ ਰੱਬ ਹਮੇਸ਼ਾ ਖੁਸ਼ ਰੱਖੇ ਜੀ ਆਵਾਜ਼ ਰੱਖੇ ਕਰਮਜੀਤ ਗਿੱਲ ਜਸਵੀਰ ਸਿੰਘ ਜੀ ਬਿੱਟੂ ਹੰਸ ਜੀ ਸਾਰਿਆਂ ਦਾ ਜਿਹਨੇ ਵੀ ਮੈਪੀ ਹੁੰਦਲ ਹਾਂਡਾ ਜੀ ਰੱਬ ਹੋਰ ਤਰੱਕਿਆਂ ਦੇ ਥੈਂਕ ਯੂ ਤੁਹਾਡੇ ਸਾਰਿਆਂ ਕਰਕੇ ਹੀ ਆ ਜੀ ਤੁਹਾਡਾ ਹਮੇਸ਼ਾ ਸਪੋਰਟ ਔਰ ਸਾਥ ਬਣਿਆ ਰਹੂਗਾ ਅਤੇ ਹਮੇਸ਼ਾ ਇੱਦਾਂ ਹੀ ਬੰਦੇ ਨੂੰ ਹੋਰ ਹੌਸਲਾ ਮਿਲਦਾ ਕਿ ਹੋਰ ਵਧੀਆ ਕਰੀਏ ਹੋਰ ਅੱਛਾ ਕਰੀਏ ਅਤੇ ਕਰਦੇ ਰਹੀਏ ਬਸ ਤੁਹਾਡੇ ਲਈ ਗਾਣੇ ਨਵੇਂ ਨਵੇਂ ਤਿਆਰ ਬਸ ਇਹ ਸਾਥ ਬਣਾਏ ਰੱਖਿਓ ਬਸ ਇਹਦੀ ਹੀ ਤੁਹਾਡੀ ਲੋੜ ਰਹਿੰਦੀ ਆ ਹਮੇਸ਼ਾ ਸਿਮਰਜੀਤ ਸਿੰਘ ਜੀ ਅਭਿਜੋਤ ਬੱਬੂ ਮਾਨ ਬਿੰਦਰ ਬਾਠ ਰਾਜਵੀਰ ਸਿੰਘ ਜਸ ਸਮਰਾ ਗੁਰਜਿੰਦ ਮਾਨ ਆਈ ਥਿੰਕ ਇਹ ਉਹੀ ਗੁਰਜਿੰਦ ਮਾਨ ਹੈਗੇ ਆ ਯੈਸ
ਗੁਰਜਨ ਮਾਨ ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਰਾਈਟਰ ਹੈਗੇ, ਬੜੇ ਵਧੀਆ ਐਕਟਰ ਹੈਗੇ ਆ। ਇਹਨਾਂ ਦੀ ਪਿੱਛੇ ਜੀ ਮੂਵੀ ਆਈ ਸੀਗੀ ਪਿਛਲੇ ਸਾਲ, ਬਹੁਤ ਸੋਹਣਾ ਕਨਸੈਪਟ ਸੀਗਾ ਮੂਵੀ ਦਾ, ਤੁਹਾਨੂੰ ਸਾਰਿਆਂ ਨੂੰ ਚੇਤੇ ਵੀ ਹੋਣਾ, ਵੰਸ ਅਪੋਨ ਟਾਈਮ ਇਨ ਅੰਮ੍ਰਿਤਸਰ। ਅਤੇ ਬਹੁਤ ਜਲਦੀ ਨਵੀਂ ਮੂਵੀ ਲੈ ਕੇ ਆ ਰਹੇ ਆ ਪੰਜਾਬ ਸਿੰਘ, ਔਰ ਸਾਰਿਆਂ ਨੇ ਜ਼ਰੂਰ ਦੇਖਣੀ ਆ। ਜਲਦੀ ਹੀ ਤਿਆਰ ਹੋ ਕੇ ਤੁਹਾਡੇ ਸਾਰਿਆਂ ਦੇ ਸਮੁੱਖ ਕਰਨਗੇ ਉਹ। ਫਿਲਮ ਦੇ ਵਿੱਚ ਮੈਂ ਵੀ ਇੱਕ ਗਾਣਾ ਗਾਇਆ, ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਬੜਾ ਸੋਹਣਾ ਗਾਣਾ ਹੈਗਾ, ਔਰ ਗੁਰਜਨ ਮਾਨ ਉਹਨਾਂ ਨੇ ਹੀ ਲਿਖਿਆ, ਔਰ ਬੜਾ ਅੱਛਾ ਮਿਊਜ਼ਿਕ ਹੋਇਆ। ਔਰ ਜਦੋਂ ਆਊਗਾ ਤਾਂ ਤੁਹਾਡੀ ਉਮੀਦਾਂ 'ਤੇ ਖਰਾ ਉਤਰੂਗਾ, ਇਹ ਮੇਰੀ ਪੂਰੀ, ਮੈਂ ਸ਼ਿਓਰ ਹਾਂ 100%। ਮੈਨੂੰ ਖੁਸ਼ੀ ਹੈ ਕਿ ਮੈਂ ਉਸ ਟੀਮ ਦੇ ਨਾਲ ਜੁੜ ਕੇ ਕੰਮ ਕਰ ਰਿਹਾ, ਔਰ ਸਪੈਸ਼ਲੀ ਉਹ ਗਾਣਾ ਮੇਰੀ ਝੋਲੀ ਆਇਆ। ਸੋ ਥੈਂਕਸ ਟੂ ਦ ਟੀਮ ਐਂਡ ਗੁੱਡ ਲੱਕ ਟੂ ਦ ਟੀਮ, ਜਿੰਨੇ ਵੀ ਇਸ ਮੂਵੀ ਦੇ ਨਾਲ ਜੁੜੇ ਆ ਸਾਰਿਆਂ ਨੂੰ, ਪੰਜਾਬ ਸਿੰਘ ਜੀ। ਅਤੇ ਸਾਰਿਆਂ ਨੇ ਯਾਦ ਰੱਖਣਾ ਜੀ, ਪੰਜਾਬ ਸਿੰਘ ਬੜੀ ਜਲਦੀ ਰਿਲੀਜ਼ ਕਰਨਗੇ, ਆਈ ਥਿੰਕ ਸ਼ੂਟਿੰਗ ਉਹਦੀ ਕੰਪਲੀਟ ਹੋ ਚੁੱਕੀ ਆ। ਅਤੇ ਬਾਕੀ ਜਿਹੜੀ ਵੀ ਹੋਏਗੀ ਅਪਡੇਟ ਪੇਜ 'ਤੇ ਤੁਹਾਨੂੰ ਦਾਂਗੇ ਜਦੋਂ ਵੀ ਮੂਵੀ ਰਿਲੀਜ਼ ਹੋਏਗੀ। ਸਤਵੰਤਰ ਮਾਨ ਤੁਹਾਡੇ ਗਾਣਾ ਸੁਣ ਰਹੇ ਸੀਗੇ, ਸੁਣਾਈਏ ਸਾਰਿਆਂ ਨੂੰ, ਆਵਾਜ਼ ਨਹੀਂ ਹੁੰਦੀ। ਸਤਵੰਤਰ ਮਾਨ ਵੱਜਦਾ, ਔਰ ਇੰਨਾ ਸਕੂਨ ਹੈ ਇਸ ਗਾਣੇ ਦੇ ਵਿੱਚ। ਸੰਤਾਂ ਦੀ ਗੱਲ ਆ, ਰੂਹਾਨੀਅਤ ਦੀ ਗੱਲ ਹੈ, ਔਰ ਸਤਵੰਤ ਅਰਮਾਨ ਮੇਰੇ ਬਹੁਤ ਵਧੀਆ ਔਰ ਮੇਰੇ ਕਲੋਜ਼ ਫਰੈਂਡ ਆ। ਯੂਨੀਵਰਸਿਟੀ 'ਚ ਅਸੀਂ ਇਕੱਠੇ ਹੀ ਪੜ੍ਹੇ ਹਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਅਤੇ ਔਰ ਜਲਦੀ ਹੀ ਅਰਮਾਨ ਹੋਣਾ ਦਾ ਵੀ ਗਾਣਾ ਕੈਨ ਰੈਕਰ ਦੇ ਵਿੱਚੋਂ ਕਰਨ ਜਾ ਰਹੇ ਹਾਂ। ਅਤੇ ਕਾਫੀ ਕੁਛ ਪਲੈਨਿੰਗਸ ਹੈਗੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ, ਔਰ ਜਲਦੀ ਤੋਂ ਜਲਦੀ ਹੀ ਕਾਫੀ ਕੁਛ ਹੈਗਾ ਜਿਹੜਾ ਜਲਦੀ ਤੁਹਾਡੇ ਰੂਬਰੂ ਕਰਾਂਗੇ। ਸਤਵੰਤ ਮਾਨ ਜੀ ਪਟਿਆਲੇ ਨੂੰ ਹੀ ਆ ਰਹੇ ਹਾਂ। ਹਾਂਜੀ ਹਾਂਜੀ, ਸਤਨਾਮ ਸਿੰਘ ਜੀ ਅੱਤ ਲੱਗ ਰਹੇ ਹੋ, ਥੈਂਕ ਯੂ ਜੀ। ਸਰਦਾਰ ਜੀ, ਸੁਖਪਾਲ ਗਿੱਲ, ਅਭਿਜੋਤ, ਪਵਨ ਕੰਬੋਜ, ਲੱਕੀ ਭੁੱਲਰ, ਸਾਰਿਆਂ ਦਾ ਜੀ ਜਿਨ੍ਹਾਂ ਨੂੰ ਮੈਂ ਨਹੀਂ ਦੇਖ ਪਾਈ, ਕਿ ਜਿਹੜੇ ਸਾਡੇ ਨਾਲ ਇਸ ਵੇਲੇ ਸਾਰੇ ਗੱਲਾਂ ਬਾਤਾਂ ਸੁਣ ਰਹੇ ਆ। ਚੀਮਾ, ਅਮਰਤ ਚੀਮਾ, ਬਿੱਟੂ ਹੰਸ, ਕ੍ਰਿਸ਼ਨ ਕੁਮਾਰ, ਹਨੀ, ਗੁਰਪੇਜ ਸਿੰਘ ਸੰਧੂ, ਰਾਜ ਸ਼ਰਮਾ, ਵਿਸ਼ਾਲ ਬਾਵਾ, ਸੁਖ ਜਗਰਾਓ, ਵੈਰੀ ਵੈਰੀ ਬਿਊਟੀਫੁਲ ਜੀ, ਥੈਂਕ ਯੂ ਸੁਖ ਜਗਰਾਓ। ਕੁਛ ਕੁ ਨਾਮ ਹੁੰਦੇ ਆ ਜਿਹੜੇ ਹਮੇਸ਼ਾ ਯਾਦ ਰਹਿੰਦੇ ਆ, ਔਰ ਕੁਛ ਸਪੋਰਟਰਸ ਇਹੋ ਜਿਹੇ ਹੁੰਦੇ ਆ ਜਿਹੜੇ ਹਰ ਸਮੇਂ ਤੁਹਾਡੇ ਨਾਲ ਜੁੜੇ ਰਹਿੰਦੇ ਆ, ਤੁਹਾਡੀ ਇੱਕ ਬੈਕਬੋਨ ਦੀ ਤਰ੍ਹਾਂ ਤੁਹਾਡੇ ਨਾਲ ਜੁੜੇ ਰਹਿੰਦੇ ਆ। ਅਤੇ ਉਹਨਾਂ ਵਿੱਚੋਂ ਸੁਖ ਜਗਰਾਓ ਵੀ ਇੱਕ ਹੈਗੇ ਆ, ਜਿਹੜੇ ਹਮੇਸ਼ਾ ਕੋਈ ਵੀ ਇਹੋ ਜਿਹੀ ਮੂਮੈਂਟ ਨਹੀਂ ਹੁੰਦੀ ਜਿਹੜੇ ਜਿਹਦੇ 'ਚੋਂ ਮੈਨੂੰ ਕੁਛ ਲਿਖ ਕੇ ਨਾ ਭੇਜਣ, ਚਾਹੇ ਉਹ ਬਹੁਤ ਸੋਹਣਾ ਲਿਖਦੇ ਆ, ਬਹੁਤ ਸੂਝਵਾਨ ਇੱਕ ਇਨਸਾਨ ਹੈਗੇ ਆ। ਅਤੇ ਮੈਨੂੰ ਖੁਸ਼ੀ ਹੁੰਦੀ ਕਿ ਇਹੋ ਜਿਹੇ ਸਪੋਰਟਰਸ ਮੇਰੇ ਨਾਲ ਜੁੜੇ ਹੋਏ ਆ, ਜਿਹੜੇ ਬਿਲਕੁਲ ਬਿਲਕੁਲ ਥੈਂਕ ਯੂ ਜੀ। ਇੰਨਾ ਤੁਸੀਂ ਹਮੇਸ਼ਾ ਮਾਨਤਾਨ ਕਰਦੇ ਹੋ, ਇੰਨਾ ਸਨਮਾਨ ਦਿੰਦੇ ਹੋ, ਥੈਂਕ ਯੂ।
ਦੀਪ ਗਿੱਲ ਕਹਿ ਰਿਹਾ ਕਿ ਤੁਹਾਡੀ ਫੈਮਿਲੀ ਕਿੱਦਾਂ ਜੀ, ਸਭ ਠੀਕ ਠਾਕ? ਬਾਕੀ ਤੁਸੀਂ ਸਾਡਾ ਨਾਮ ਕਦੇ ਨਹੀਂ ਬੋਲਦੇ, ਸਾਨੂੰ ਪਤਾ ਬੋਲ ਦਿੱਤਾ ਦੀਪ ਗਿੱਲ ਜੀ। ਜਦੋਂ ਐ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਨਾ ਕੋਈ ਚੀਜ਼, ਇੱਕਦਮ ਕਮੈਂਟ ਕੋਈ ਆ ਜਾਂਦਾ ਫਿਰ, ਕਿਉਂਕਿ ਹਜ਼ਾਰਾਂ ਹੀ ਕਮੈਂਟਸ ਆ ਜਾਂਦੇ ਇੱਕਦਮ ਹੀ, ਇਸ ਕਰਕੇ ਨਹੀਂ ਪੜ੍ਹ ਹੁੰਦਾ ਕਈ ਵਾਰ। ਅੱਜ ਪੂਰੀ ਪੰਜਾਬੀ ਕੁੜੀ ਲੱਗ ਰਹੇ ਹੋ, ਠੀਕ ਹੈ ਜੀ। ਅੱਗੇ ਕਿਹੜੀ ਲੱਗਦੀ ਆ? ਅੱਜ ਪਿਓਰ ਲੱਗ ਰਹੇ ਆ, ਪਿਓਰ ਪੰਜਾਬੀ। ਨਹੀਂ, ਮੇਰੀ ਅੱਖਾਂ ਤਾਂ ਵੱਡੀਆਂ, ਚਾਈਨੀਜ਼ ਤਾਂ ਨਹੀਂ ਲੱਗਦੀ ਮੈਂ। ਕੈਨੇਡੀਅਨ ਨਹੀਂ, ਅਸੀਂ ਤਾਂ ਪੰਜਾਬ ਦੇ, ਠੀਕ ਆ। ਪੰਜਾਬ ਹਰਿਆਣਾ ਸਾਰਾ ਆਪਣਾ ਹੀ ਆ, ਹਰਿਆਣੇ ਚ ਜੰਮੇ ਆ, ਪੰਜਾਬ ਚ ਆ ਕੇ ਪੜ੍ਹੇ ਆ। ਤੇ ਹਰਿਆਣਾ ਪਹਿਲਾਂ, ਹਰਿਆਣਾ ਵੀ ਪਹਿਲਾਂ ਪੰਜਾਬ ਚ ਹੀ ਸੀਗਾ ਅੱਧਾ, ਤੇ ਜਿੱਥੇ ਮੈਂ ਰਹਿੰਦੀ ਆ, ਜਿੱਥੇ ਮੈਂ ਜਨਮ ਲਿਆ, ਉਹ ਤਾਂ ਪੂਰਾ ਪੰਜਾਬੀ ਏਰੀਆ ਹੈਗਾ ਜੀ। ਤੇ ਰੀਪ੍ਰਜੈਂਟ ਕਰ ਰਹੀ ਹਾਂ ਦੋ ਸਟੇਟਸ ਨੂੰ, ਤੇ ਜਦੋਂ ਬਾਹਰਲੇ ਮੁਲਕਾਂ ਚ ਜਾਂਦੇ ਹਾਂ ਤਾਂ ਪੂਰੇ ਇੰਡੀਆ ਨੂੰ ਅਸੀਂ ਰੀਪ੍ਰਜੈਂਟ ਕਰਦੇ ਹਾਂ, ਪੰਜਾਬੀ ਬੋਲੀ ਨੂੰ ਰੀਪ੍ਰਜੈਂਟ ਕਰਦੇ ਹਾਂ। ਤੇ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਚੰਗਾ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਕਿ ਜਿੱਦਾਂ ਕਹਿੰਦੇ ਨਾ ਕਿ ਜਦੋਂ ਬੰਦਾ ਕੁਛ ਚੰਗਾ ਕਰਦਾ, ਉਹਦੇ ਆਲੇ ਦੁਆਲੇ ਉਹਦੇ ਜਿਹੜੇ ਸ਼ਹਿਰ 'ਚ ਜੰਮਦਾ, ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਹਾਂਜੀ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਤੇ ਜਦੋਂ ਅਸੀਂ ਪੰਜਾਬੀ ਬੋਲੀ ਆਪਣੀ ਜਿਹਦੇ ਜਿਹੜਾ ਵੋਇਸ ਕਲਚਰ ਮੇਰਾ ਬਣ ਗਿਆ ਪੰਜਾਬੀ ਗਾ ਗਾ ਕੇ, ਜਦੋਂ ਮੈਂ ਹਰਿਆਣੇ, ਮੈਂ ਜਦੋਂ ਸਟਾਰਟ ਕੀਤਾ ਸੀ ਮੈਂ ਹਿੰਦੀ ਗਾਉਂਦੀ ਹੁੰਦੀ ਸੀਗੀ, ਤੇ ਉਸ ਤੋਂ ਬਾਅਦ ਆਵਾਜ਼ ਪੰਜਾਬ ਦੀ ਨੇ ਬੜਾ ਇੱਕ ਰਸਤਾ ਚੇਂਜ ਕਰ ਦਿੱਤਾ। ਉਸ ਤੋਂ ਬਾਅਦ ਪੰਜਾਬੀ ਗਾਉਣਾ ਹਰ ਵੇਲੇ ਪੰਜਾਬੀ, ਤੇ ਅੱਜ ਸਭ ਕੁਛ ਹੀ ਪੰਜਾਬੀ ਕਰਕੇ ਆ, ਤੇ ਵੋਇਸ ਕਲਚਰ ਵੀ ਸੈੱਟ ਹੋ ਜਾਂਦਾ। ਅੱਜ ਮੈਂ ਕਹਿੰਦੀ ਹਾਂ ਕਿ ਪਹਿਲੇ ਨੰਬਰ 'ਤੇ ਆਉਂਦੀ ਪੰਜਾਬੀ ਹੈ, ਸੋ ਖੁਸ਼ੀ ਹੁੰਦੀ ਹੈ ਕਿ ਅਸੀਂ ਇੱਕ ਬੋਲੀ ਨੂੰ ਰੀਪ੍ਰਜੈਂਟ ਕਰ ਰਹੇ ਹਾਂ, ਔਰ ਤੁਸੀਂ ਸਾਰੇ ਇਸ ਤਰ੍ਹਾਂ ਨਾਲ ਜੁੜੇ ਹੁੰਦੇ ਹੋ, ਐਪਰੀਸ਼ੀਏਟ ਕਰਦੇ ਹੋ। ਬਸ ਇਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ। ਔਰ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਤੁਹਾਡੇ ਜਿੰਨੇ ਵੀ ਇਨਬੋਕਸ ਮੈਸੇਜਿਸ ਮਿਲੇ ਆ, ਜਿਨ੍ਹਾਂ ਨੇ ਕੱਲ੍ਹ ਵਾਲੀ ਫੋਟੋ ਨੂੰ ਸ਼ੇਅਰ ਕੀਤਾ, ਸਾਰਿਆਂ ਦਾ ਥੈਂਕ ਯੂ। ਔਰ ਖੁਸ਼ੀ ਇਸ ਗੱਲ ਦੀ ਹੈ ਕਿ ਕੁਛ ਵੀ ਕਹਿਣ ਦੀ ਲੋੜ ਨਹੀਂ ਪਈ, ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿਖਾਇਆ, ਬਹੁਤ ਬਹੁਤ ਸ਼ੁਕਰੀਆ। ਔਰ ਸਪੈਸ਼ਲੀ ਦੋ ਤਿੰਨ ਨਾਮ ਮੈਂ ਲੈਣਾ ਚਾਹੂੰਗੀ, ਸਪਨ ਮਨਚੰਦਾ ਭਾਅ ਜੀ ਜਿਨ੍ਹਾਂ ਨੇ ਬੜੇ ਖੂਬਸੂਰਤ ਕੱਲ੍ਹ ਲਿਖਿਆ, ਔਰ MH1 ਜਿਸ ਚੈਨਲ ਤੋਂ ਮੇਰੀ ਸ਼ੁਰੂਆਤ ਹੋਈ ਇਸ ਮਿਊਜ਼ਿਕ ਖੇਤਰ ਦੇ ਵਿੱਚ, MH1 ਨੇ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਨਾਲ ਕੱਲ੍ਹ ਵਧਾਈ ਦਿੱਤੀ ਹੈ ਮੈਨੂੰ, ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ। ਅਤੇ ਦਵਿੰਦਰ ਗਰੋਵਰ ਜੀ ਕਹਿ ਰਹੇ ਆ, ਹਰਿਆਣਾ ਦੀ ਜੰਪਲ ਹਿੰਦੁਸਤਾਨ ਦੀ ਸ਼ਾਨ, ਦਵਿੰਦਰ ਹਾਂਡਾ ਕੀ ਬੇਟਾ, ਥੈਂਕ ਯੂ ਜੀ। ਰਜਿੰਦਰ ਭੁੱਲਰ ਜੀ, ਵਾਹਿਗੁਰੂ ਇੱਦਾਂ ਹੀ ਕਿਰਪਾ ਰੱਖਣ ਜੀ, ਥੈਂਕ ਯੂ। ਅੰਮ੍ਰਿਤ ਸੋਹੀ ਪਿੰਡਾ ਜੱਗੇ ਵਾਲਾ, ਸੌਂਗ ਸੁਣਾ ਦਿਓ ਕੋਈ ਆਪਣਾ। ਹਾਂਜੀ, ਮੈਂ ਇੱਕ ਸੌਂਗ ਸੁਣਾਉਣੀ ਆ, ਆਪਣਾ ਹੀ ਕੋਈ ਗਾਣਾ, ਗਾ ਕੇ ਸੁਣਾਈਏ ਜਾਂ ਇੱਥੇ ਪਲੇ ਕਰਕੇ ਸੁਣਾਈਏ, ਦੇਖਦੇ ਹਾਂ ਕੀ ਕਹਿੰਦੇ ਆ। ਮੈਂ ਸੁਣਾਉਣੀ ਹਾਂ ਤੁਹਾਨੂੰ ਇੱਕ ਗਾਣਾ, ਕਈ ਗਾਣੇ ਹੈਗੇ ਜਿਹੜੇ ਤੁਸੀਂ ਸ਼ਾਇਦ ਸੁਣੇ ਨਹੀਂ ਹੋਣਗੇ, ਵੀਡੀਓਜ਼ ਵੀ ਆਉਂਦੀਆਂ ਪਰ ਕਈ ਵਾਰੀ ਗਾਣਾ ਇੰਨਾ ਪ੍ਰਮੋਟ ਨਹੀਂ ਹੋ ਪਾਉਂਦਾ, ਤੇ ਉਹ ਸੁਣਾ ਦਿੰਦੀ ਹਾਂ ਜੀ। ਤੇਰਾ ਹੱਸਣਾ ਦਿਲ ਨੂੰ ਠੱਗਦਾ ਏ, ਤੂੰ ਆਪਣਾ ਆਪਣਾ ਲੱਗਦਾ ਏ, ਤੇਰਾ ਹੱਸਣਾ ਦਿਲ ਨੂੰ ਠੱਗਦਾ ਏ, ਤੂੰ ਆਪਣਾ ਆਪਣਾ ਲੱਗਦਾ ਏ, ਤੇਰਾ ਪਲ ਦਾ ਵਿਛੋੜਾ ਮੈਨੂੰ ਵੱਡ ਵੱਡ ਖਾਂਦਾ ਏ, ਲੱਗਦਾ ਜੋ ਤੇਰੇ ਨਾਲ ਪਿਆਰ ਹੋਈ ਜਾਂਦਾ ਏ, ਲੱਗਦਾ ਜੋ ਤੇਰੇ ਨਾਲ
प्यार हो ही जांदा है। हाँ जी ये गाना है जी, तुसी सुन भी सकते हो, वैसे यदि वीडियो भी अवेलेबल हैगी है यूट्यूब ते, प्यार सॉन्ग का नाम है, तुसी देख सकते हो। केड़े वीडियो तो बोलते हैं रोमी बड़ियाल मैम, कोशिश कर रहे हैं कि हम आपका शो टोक्यो में ओके जी, तुसी मैनेजमेंट नाल गल कर सकते हो, किसी ने भी शो दे रिगार्डिंग अगर कोई भी इंक्वायरी होए, किसी दी गलबात करना चाहुंदा तो पेज दे कवर ते थनो सारी इनफॉरमेशन और पेज दी इनफॉरमेशन सारी पेज ते हैगी आ, जिहड़े भी शोज लई नंबर हैगे आ इंक्वायरीज जिन्हें भी हैगी मैनेजमेंट दे नंबर हैगे आ, ते तुसी उत्थे कॉन्टैक्ट कर सकते हो एनी टाइम। And you can email me as well, तुसी email address भी दिता होया, जो थोड़ी कदे गल नहीं हुंदी है फोन ते डायरेक्ट तो तुसी email कर सकते हो, थानू email revert करांगे, इस तरह तुसी जद मर्जी कोई भी थोड़ी इंक्वायरी है तुसी कॉल या मैसेज कर सकते हो। कदों करना है, किदे मतलब केड़े दिन? Looking beautiful today जी, सच्ची गोल्डी सिंह पीहू नार बठिंडा दी। अच्छा जी, थैंक यू जी, थैंक यू रुपिंदर गरेवाल, थैंक यू लवप्रीत कौर अहूजा जी, सिरा ही लाता जी, हाँ जी निर्मल औजला जी, तुसी कर सकते हो, तुसी मैनेजमेंट नू कॉल कर सकते हो, नंबर्स उत्ते दिते हुए हैं पेज ते, तुसी एनी टाइम तुसी कॉन्टैक्ट कर सकते हो। थैंक यू रजत मलिक, राम राम जी, राम जी, राम सरदार जी, ब्यूटीफुल जी, थैंक यू, ओके जी, ओके जी, थैंक यू वंस अगेन। पीछे बैठे हैं हांडा साहब, राजदीप हांडा जी, हेलो, वोट कर रही है जी तख्त पोश नो, जेड़ा अवार्ड कल मिलिया उस तो कोई अवार्ड नहीं हैगा, ते बाकी गल आ भी वोट करने या ना करियो थोड़ी अपनी विश हैगी आ, आपां नहीं कहना वोट करो नहीं कहना, ओनू इस करके खुशी है क्योंकि तख्त पोश दा वीडियो इन्हां ने कीता सी रील फॉर्मर्स निखिल होना ने, अगे देखो वीरे बहुत ज्यादा रश आ, इन्हां नूं इस करके एक्साइटमेंट हुई है क्योंकि नॉमीनेट होया पिंड दे केड़े भी नॉमीनेट होया सीगा, आई थिंक पीटीसी अवार्ड दी गल कर रहे हैं, हाँ जी, ते नॉमीनेट होया सी पिछले साल पर उन्हें अवार्ड नहीं मिलिया सीगा, गाने नूं शायद कोई कमी रह गई सीगी पिंड दे केड़े दे विच, 2015 दा बेस्ट सॉन्ग सीगा वो, इस करके मैनूं कोई अवार्ड दी कोई लालच नहीं हैगा ना मैनूं कोई वोट चाहीदा, ਤੁਸੀਂ ਸਭ ਤੋਂ ਵੱਡਾ ਵੋਟ ਤੁਸੀਂ ਹੈਗੇ ਹੋ ਜਿਨ੍ਹਾਂ ਨੇ ਗਾਣੇ ਦੀ ਧੁੱਕੀਆਂ ਕੱਢਤੀਆਂ ਡੀਜੇ ਤੇ ਵਜਾ ਵਜਾ ਕੇ ਗੱਡੀਆਂ 'ਚ ਵਜਾ ਵਜਾ ਕੇ, ਅੱਜ 1.5-2 ਸਾਲ ਹੋ ਗਏ ਅਤੇ ਗਾਣਾ ਅੱਜ ਵੀ ਠਾ ਵੱਜਦਾ ਡੀਜੇ 'ਤੇ ਤੁਹਾਡੀਆਂ ਗੱਡੀਆਂ 'ਚ ਵੀ ਅਤੇ ਤੁਹਾਡੇ ਦਿਲਾਂ 'ਚ ਵੀ, ਇਸ ਕਰਕੇ ਸਭ ਤੋਂ ਵੱਡਾ ਵੋਟ ਤੁਸੀਂ ਹੋ, ਤੁਸੀਂ ਪਾਸ ਕਰਤਾ, ਤੁਸੀਂ ਅਵਾਰਡ ਦਿੱਤਾ, ਦੈਟਸ ਇਟ, ਆਪਾਂ ਖੁਸ਼ ਹਾਂ, ਕੋਈ ਹੋਰ ਖੁਸ਼ੀ ਨਹੀਂ ਚਾਹੀਦੀ, ਹੋਰ ਕੁਛ ਨਹੀਂ ਚਾਹੀਦਾ, ਇਸ ਕਰਕੇ ਬਸ ਇੱਦਾਂ ਹੀ ਸਪੋਰਟ ਬਣਾਏ ਰੱਖੋ, ਗਾਣਿਆਂ ਨੂੰ ਪਿਆਰ ਦਿਓ, ਉਹੀ ਸਭ ਤੋਂ ਵੱਡਾ ਅਵਾਰਡ ਹੈਗਾ, ਬਾਕੀ ਛੇਤੀ ਨਵਾਂ ਗਾਣਾ ਸਰਦਾਰ ਅਤੇ ਮਰਦੀ ਲੈ ਕੇ ਆ ਰਹੇ ਹਾਂ, ਔਰ ਬਹੁਤ ਜਲਦੀ ਉਡੀਕ ਹੁਣ ਜ਼ਿਆਦਾ ਨਹੀਂ ਕਰਨੀ ਪਊਗੀ, ਜ਼ਿਆਦਾ ਤੋਂ ਜ਼ਿਆਦਾ ਕਿੰਨੀ ਉਡੀਕ ਕਰਾਉਣੀ ਆ, ਕਿੰਨੀ ਕਰਾਉਣੀ ਆ, ਇੱਕ ਹਫ਼ਤਾ ਨਹੀਂ, ਪੋਸਟਰ ਆਪਾਂ ਛੇਤੀ ਕਰ ਰਹੇ ਹਾਂ ਸ਼ੇਅਰ ਫਸਟ ਲੁੱਕ ਉਹਦੀ, ਔਰ ਉਸ ਤੋਂ ਬਾਅਦ ਬਾਕੀ ਸਾਰਾ ਚੈਨਲਸ 'ਤੇ ਹੁੰਦਾ ਜੀ, ਚੈਨਲ ਜਦ ਵੀ ਆਪਣੇ ਡੇਟ ਮਿਲੂਗੀ ਆਪਾਂ ਨੂੰ ਰਿਲੀਜ਼ਿੰਗ ਦੀ, ਉਹ ਰਿਲੀਜ਼ਿੰਗ ਡੇਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਔਰ ਬਾਕੀ ਗਾਣਾ ਜਿਹੜਾ ਹੈਗਾ ਉਹ ਆਈ ਹੋਪ ਤੁਹਾਨੂੰ
ਬਹੁਤ ਅੱਛਾ ਲੱਗੂਗਾ ਉਮੀਦ ਹੈ ਜੀ ਪੂਰੀ ਪੂਰੀ ਤੇ ਬਾਕੀ ਤਾਂ ਤੁਸੀਂ ਪਾਸ ਕਰਨਾ ਓਕੇ ਆ ਜਾਂ ਫੇਲ ਆ ਇਹ ਤੁਸੀਂ ਦੱਸਣਾ ਬਾਕੀ ਤੇ ਤੁਸੀਂ ਛੇਤੀ ਕਰਦੇ ਹਾਂ ਤੁਹਾਡੇ ਨਾਲ ਇਹ ਸ਼ੇਅਰ ਇਹਦਾ ਪੋਸਟਰ ਫਸਟ ਲੁੱਕ ਇੱਕ ਨਵੇਂ ਤਰੀਕੇ ਦੇ ਨਾਲ ਕਰਾਂਗੇ ਤੁਹਾਡੇ ਨਾਲ ਸ਼ੇਅਰ ਐਵੇਂ ਨਹੀਂ ਰੁੱਖਾ ਸੁੱਖਾ ਜਿਹਾ ਨਹੀਂ ਕਰਾਂਗੇ ਆਪਾਂ ਪੇਜ 'ਤੇ ਪਾ ਦਿੱਤਾ ਔਰ ਬਸ ਹੋ ਗਿਆ ਕੁਛ ਵਧੀਆ ਤਰੀਕੇ ਨਾਲ ਨਵੇਂ ਤਰੀਕੇ ਨਾਲ ਕਰਾਂਗੇ ਤਾਂ ਤੁਹਾਨੂੰ ਵੀ ਵਧੀਆ ਲੱਗੂਗਾ ਵੱਧ ਤੋਂ ਵੱਧ ਤੁਹਾਡੇ ਨਾਲ ਮੈਨੂੰ ਇਹ ਹੁੰਦੀ ਹੈ ਕਿ ਮੈਂ ਆਪਣੀ ਹਰ ਨਿੱਕੀ ਨਿੱਕੀ ਖੁਸ਼ੀ ਤੁਹਾਡੇ ਨਾਲ ਸ਼ੇਅਰ ਕਰਾਂ ਮੇਰੇ ਲਈ ਹਰ ਗਾਣਾ ਮੇਰੇ ਲਈ ਇੱਕ ਨਵਾਂ ਚੈਲੰਜ ਹੁੰਦਾ ਬੜੀ ਐਕਸਾਈਟਮੈਂਟ ਦੇ ਨਾਲ ਗਾਣਾ ਆਪਾਂ ਬਣਾਉਂਦੇ ਹਾਂ ਅਤੇ ਤਾਂ ਹੀ ਮੈਂ ਹਰ ਦੋ ਮਹੀਨੇ ਬਾਅਦ ਜਾਂ ਮਹੀਨੇ ਬਾਅਦ ਗਾਣਾ ਨਹੀਂ ਲੈ ਕੇ ਆਉਂਦੀ ਘੱਟੋ ਘੱਟ ਮੇਰੇ 4-5 ਮਹੀਨੇ ਇੱਕ ਗਾਣੇ ਤੋਂ ਬਾਅਦ ਪੈ ਜਾਂਦੇ ਆ ਅਤੇ ਮੇਰੇ ਖਿਆਲ ਇੱਕ ਆਰਟਿਸਟ ਲਈ ਇੰਨਾ ਕੁ ਟਾਈਮ ਇੱਕ ਨਵੇਂ ਗਾਣੇ ਨੂੰ ਕਿਉਂਕਿ ਨਵੇਂ ਜੇ ਤਾਂ ਆਪਾਂ ਭੇਡ ਚਾਲ 'ਚ ਰਲਣਾ ਤਾਂ ਆਪਾਂ ਜੋ ਮਰਜ਼ੀ ਕਰਦੇ ਰਹੀਏ ਪਰ ਅਗਰ ਆਪਾਂ ਕੁਛ ਨਵਾਂ ਕਰਨਾ ਤਾਂ ਮੇਰੇ ਖਿਆਲ 4-5 ਮਹੀਨੇ ਤਾਂ ਚਾਹੀਦੇ ਆ ਇਸ ਕਰਕੇ ਸਹੀ 4.5-5 ਮਹੀਨੇ ਬਾਅਦ ਆਪਾਂ ਨਵਾਂ ਗਾਣਾ ਸਰਦਾਰ ਤੇ ਮਰਦੀ ਰਿਲੀਜ਼ ਕਰਨ ਜਾ ਰਹੇ ਹਾਂ ਔਰ ਬੜੀ ਵਧੀਆ ਟੀਮ ਹੈਗੀ ਜੀ ਸਾਰੀ ਜਦੋਂ ਅਨਾਊਂਸ ਕਰਾਂਗੇ ਤੁਹਾਨੂੰ ਖੁਸ਼ੀ ਹੋਊਗੀ ਜਾਣ ਕੇ ਔਰ ਜਦ ਤੱਕ ਗਾਣਾ ਆਉਣਾ ਉਦੋਂ ਫਿਰ ਹੋਰ ਵੀ ਖੁਸ਼ੀ ਹੋਊਗੀ ਜਦ ਤੁਸੀਂ ਵੀਡੀਓ ਦੇਖ ਲੈਣਾ ਸੋ ਮੈਂ ਐਕਸਾਈਟ ਹਾਂ ਕਿ ਐਕਸਾਈਟਮੈਂਟ ਹਾਂ ਮੇਰੇ 'ਚ ਕਾਫੀ ਇਸ ਗਾਣੇ ਨੂੰ ਲੈ ਕੇ ਕਿ ਮੈਨੂੰ ਇੱਕ ਮੇਰੀ ਝੋਲੀ 'ਚ ਇੱਕ ਵਧੀਆ ਗਾਣਾ ਆਇਆ ਤੇ ਛੇਤੀ ਇਹਦਾ ਪੋਸਟਰ ਰਿਲੀਜ਼ ਕਰਦੇ ਹਾਂ ਤੁਸੀਂ ਕੁਛ ਕਹਿਣਾ ਬ੍ਰੋ ਬਸ ਇਹੀ ਕਹਿਣਾ ਜੀ ਸਪੋਰਟ ਕਰਦੇ ਰਹੋ ਗਾਣਾ ਨਵਾਂ ਬਹੁਤ ਹੀ ਵਧੀਆ ਹੈ ਜੀ ਅਤੇ ਆਉਣੇ ਵਾਲੇ ਵੀ ਗਾਣੇ ਬਹੁਤ ਵਧੀਆ ਵਧੀਆ ਟਰੈਕਸ ਹੈ ਜੀ ਅਤੇ ਤੁਸੀਂ ਸਾਰਿਆਂ ਨੇ ਇੱਦਾਂ ਹੀ ਸਪੋਰਟ ਕਰਨਾ ਸਾਰਿਆਂ ਨੂੰ ਮੇਰੇ ਵੱਲੋਂ ਲਵ ਯੂ ਸਤਿ ਸ਼੍ਰੀ ਅਕਾਲ ਓਕੇ ਜੀ ਰਾਜਨ ਚਡੋਲ ਓਕੇ ਜੀ ਖੁਸ਼ ਰਹੋ ਆਬਾਦ ਰਹੋ ਥੈਂਕ ਯੂ ਸੋ ਮਚ